ਈਵਨ ਪੰਜਾਬੀ ਨਿਡਰ ਨਿਰਪੱਖ ਅਤੇ ਨਵੀਂ ਸੋਚ, ਮੈਂ ਤੁਹਾਡਾ ਦੋਸਤ ਸੋਮ ਸਹੋਤਾ ਤੋਂ ਲੈ ਕੇ ਹਾਜ਼ਰ ਹਾਂ ਕਰੰਟ ਇਸ਼ੂ। ਕਰੰਟ ਇਸ਼ੂ ਲਈ ਚੱਲਦੇ ਹਾਂ ਕਾਦੀਆਂ। ਦੋਸਤੋ ਮੈਂ ਦੱਸਣਾ ਚਾਹੁੰਦਾ ਕਿ ਜਸਟਿਸ ਜੋਰਾ ਸਿੰਘ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਚੁੱਕੇ ਨੇ ਔਰ ਉਸ ਤੋਂ ਬਾਅਦ ਉਹਨਾਂ ਨੇ ਵੱਡਾ ਬਿਆਨ ਦਿੱਤਾ ਕਿ ਕਿਹੜੀਆਂ ਕਿਹੜੀਆਂ ਸਰਕਾਰਾਂ ਆਈਆਂ ਗਈਆਂ ਪਰ ਕਿਸੇ ਨੇ ਵੀ ਇਨਸਾਫ ਦਿਵਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਲੇਕਿਨ ਆਵਾਮ ਦੇ ਨਾਲ ਹੁੰਦਾ ਰਿਹਾ ਧੋਖਾ ਔਰ ਮੈਂ ਆਪਣੀ ਰਿਪੋਰਟ ਜਿਹੜੀ ਹੈ ਪੂਰੀ ਤਰ੍ਹਾਂ ਸੌਂਪ ਦਿੱਤੀ ਸੀ ਲੇਕਿਨ ਮੇਰੀ ਰਿਪੋਰਟ ਦੇ ਉੱਪਰ ਕੋਈ ਵੀ ਕਿਸੇ ਦੇ ਕੋਲੋਂ ਪੁੱਛਗਿੱਛ ਨਹੀਂ ਹੋਈ। ਜਦੋਂ ਇਹ ਬਿਆਨ ਆਇਆ ਅਤੇ ਉਸ ਤੋਂ ਬਾਅਦ ਉਹਨਾਂ ਦੇ ਬਿਆਨ ਨੂੰ ਲੈ ਕੇ ਵਾਇਰਲ ਹੋਣੀਆਂ ਉਹਨਾਂ ਦੀਆਂ ਗੱਲਾਂ ਜਿਹੜੀਆਂ ਉਹ ਸ਼ੁਰੂ ਹੋ ਗਈਆਂ। ਲੇਕਿਨ ਕਿਹਨਾਂ ਕਿਹਨਾਂ ਲੋਕਾਂ ਦੇ ਬਿਆਨ ਉਹਨਾਂ ਨੇ ਦਿੱਤੇ ਆ, ਕਿਹਨਾਂ ਕਿਹਨਾਂ ਲੋਕਾਂ ਦੇ, ਆਪਾਂ ਚੱਲਦੇ ਹਾਂ ਜੀ ਜਥੇਦਾਰ ਬਖਸ਼ੀਸ਼ ਸਿੰਘ ਕਾਦੀਆਂ ਕੋਲ, ਸੁਣਦੇ ਆ ਉਹ ਕੀ ਇਸ ਪੂਰੇ ਮਾਮਲੇ 'ਤੇ ਕਹਿਣਾ ਚਾਹੁੰਦੇ ਨੇ। ਜਥੇਦਾਰ ਜੀ ਸਵਾਗਤ ਹੈ। ਇਹ ਜਿਹੜੀ ਜੋਰਾ ਸਿੰਘ ਮਾਨ ਦੀ ਰਿਪੋਰਟ ਹੈ, ਜਦੋਂ ਕਿ ਅਕਾਲੀ ਦਲ ਨੇ 2017 'ਚ ਇਹਨੂੰ ਬੁਲਾਇਆ ਸੀਗਾ ਜੀ, ਜੋਰਾ ਸਿੰਘ ਮਾਨ ਨੇ ਇਹ ਗੱਲ ਤੇ ਕਿਤੇ ਵੀ ਨਹੀਂ ਲਿਖੀ ਭਾਈ ਸੈਣੀ ਦੋਸ਼ੀ ਹੈ ਜਾਂ ਕੋਈ ਸਰਕਾਰ ਬਾਦਲ ਸਰਕਾਰ ਦੋਸ਼ੀ ਹੈ। ਇਹ ਜ਼ਰੂਰ ਹੁਣ ਕਹਿਣ ਡਿਆ ਆ ਉਹਦੇ ਵਿੱਚ ਬਹਿ ਕੇ ਨਾ ਆਮ ਪਾਰਟੀ ਦਾ ਝੰਡਾ ਲੈ ਕੇ ਚੁੱਕ ਕੇ ਜੀ, ਆਮ ਪਾਰਟੀ ਵਾਲੇ ਤੇ ਥੋੜਾ ਥੋੜਾ ਤੇ ਝੂਠ ਚੱਲਦਾ ਹੀ ਪਿਆ ਆ ਆਮ ਪਾਰਟੀ ਵਾਲਾ। ਦੂਜਾ ਪੱਖ ਇਹ ਆ ਵੀ ਜੇ ਐਮ ਪੀ ਦੀ ਚੋਣ ਇਹਨੇ ਸਿੱਖਾਂ ਨੂੰ ਗੁਮਰਾਹ ਕਰਕੇ ਲੜਨੀ ਹੈ ਤੇ ਮੈਂ ਨੀ ਸਮਝਦਾ ਸਿੱਖ ਇਹਨਾਂ ਨੂੰ ਵੋਟਾਂ ਪਾਉਣਗੇ। ਜਿਹੜੇ ਗ੍ਰੰਥੀ ਸਿੰਘਾਂ ਦੀ ਥਰਡ ਡਿਗਰੀ ਟਾਰਚਿੰਗ ਹੋਏ ਆ ਉਹ ਅੱਜ ਇਹਦੇ ਵਿੱਚ ਹਰਿਆਣਾ ਪੰਜਾਬ ਜਿਹੜੀਆਂ ਖਬਰਾਂ ਆਉਂਦੀਆਂ ਉਹਨਾਂ ਨੇ ਕੀਤਾ ਟਵੀਟ ਵੀ ਸਾਡੇ ਨਾਲ ਪੁਲਿਸ ਨੇ ਬੜੀ ਵਧੀਕੀ ਕੀਤੀ ਆ। ਪਰ ਜੋਰਾ ਸਿੰਘ ਮਾਨ ਝੂਠ ਮਾਰਦਾ, ਉਹਨੂੰ ਕਹਿੰਦੇ ਵੀ ਇਹ ਝੂਠ ਮਾਰਦਾ ਆ, ਇਹ ਸਾਨੂੰ ਮਤਲਬ ਹੁਣ ਜੋ ਝੂਠ ਮਾਰਦਾ ਜਦੋਂ ਇਹਨਾਂ ਨੂੰ ਆਮ ਪਾਰਟੀ ਵਾਲਿਆਂ ਨੇ ਲੈ ਲਿਆ। ਆਮ ਪਾਰਟੀ ਵਾਲੇ ਵੀ ਆਦੀ ਨੂੰ ਪਤਾ ਆ ਕਿ ਆਮ ਪਾਰਟੀ ਵਾਲੇ ਕਹਿੰਦੇ ਅਸੀਂ ਖੁਲਾਸਾ ਕਰਾਂਗੇ, ਬਾਦਲ ਨੂੰ ਅੰਦਰ ਕਰਾਂਗੇ, ਕਾਂਗਰਸ ਤੇ ਕੈਪਟਨ ਤੇ ਬਾਦਲ ਰਲ ਗਏ ਆ। ਮੈਂ ਸੋਚਦਾ ਵੀ ਰਲੇ ਤੇ ਹੈ ਨੀ, ਰਲੇ ਵੀ ਨੇ ਲਾ ਲਓ ਇਹਨਾਂ ਨੇ ਜੀ, ਇਹਨਾਂ ਨੇ ਸਦਨ ਦੇ ਵਿੱਚ ਇਹਨਾਂ ਰਿਪੋਰਟ ਪੇਸ਼ ਕੀਤੀ ਸੀ ਆਪਣੇ ਰਣਜੀਤ ਸਿੰਘ ਕਮਿਸ਼ਨ ਨੇ, ਉਹਦੇ ਤੇ ਐਕਸ਼ਨ ਲੈ ਲੈਂਦੇ, ਉਹਦੇ ਤੇ ਐਕਸ਼ਨ ਵੀ ਨੀ ਲਿਆ, ਮੁੜ ਕੇ ਦੇ ਦਿੱਤੀ ਇਹਨਾਂ ਨੇ ਫਿਰ ਗਾਹ ਦੇ ਦਿੱਤੀ ਪੀ ਪੀ ਆਈ ਨੂੰ। ਉਹ ਮੈਂ ਸਮਝਦਾ ਵੀ ਇਹ ਆਪੋ ਜੀ ਰਲੇ ਆ, ਇਹ ਕੈਪਟਨ ਕਹਿ ਰਹੇ ਨਾ ਮੇਰੇ ਤੇ ਕੇਸ ਨਾ ਕਰਿਓ ਤੇ ਤੂੰ 5 ਸਾਲ ਹੰਡਾ ਲੈ ਜੀ, ਤੇ ਜੇ ਉਹ ਕਹਿ ਦਿੰਦਾ ਆਪਣਾ ਬਾਦਲ ਤੇ ਮੇਰੇ ਤੇ ਕੇਸ ਨਾ ਕਰੀ 5 ਸਾਲ ਤੂੰ ਹੰਡਾ ਲੈ, ਲੁੱਟ ਤੇ ਦੋਵਾਂ ਪਾਰਟੀਆਂ ਨੇ ਮਨਾਈ ਹੈ, ਜੇ ਕੋਈ ਤੀਜਾ ਧੋਖਾ ਧੋਖਾ ਤਾਂ ਜਥੇਦਾਰ ਜੀ ਫਿਰ ਜਨਤਾ ਨਾਲ ਹੀ ਹੋ ਰਿਹਾ ਨਾ, ਜਨਤਾ ਦੀਆਂ ਭਾਵਨਾਵਾਂ ਨਾਲ ਹੀ ਖਿਲਵਾੜ ਹੋ ਰਿਹਾ। ਵੇਖੋ ਜੀ ਜਨਤਾ ਵੀ ਮੈਂ ਕਹਿੰਦਾ ਐਡੀ ਸਿਆਣੀ ਨਹੀਂ ਹੈ, ਜਿਹੜੀ ਕਿ ਜਦੋਂ ਵੋਟਾਂ ਆਉਂਦੀਆਂ ਨੇ ਉਦੋਂ ਇਹ ਗੱਡੀਆਂ ਦੇ ਵਿੱਚ ਚੜ ਜਾਂਦੇ। ਅੱਜ ਵੇਖੋ ਕੀ ਇਹਨਾਂ ਨੇ ਸਟੈਂਡ ਕੀਤਾ ਆ ਕਾਂਗਰਸ ਵਾਲਿਆਂ, ਕਿ ਜਿੰਨੇ ਸਰਪੰਚ ਗੁਰਦਾਸਪੁਰ ਜਿੱਤੇ ਆ, ਹੁਸ਼ਿਆਰਪੁਰ ਜਿੱਤੇ ਆ, ਉਹਨਾਂ ਨੂੰ ਜੀ ਸਹੁੰ ਚੁਕਾਉਣੀ ਹੈ, ਸਹੁੰ ਕਾਹਦੀ ਚੁਕਾਉਣੀ ਹੈ, ਹੇਰਾ ਫੇਰੀ ਦੀ ਤੁਹਾਂ ਲਾਇਆ ਤੇ ਇੰਨੇ ਲਾ ਕੇ ਤੁਸੀਂ ਕਮਾਓ ਤੇ ਇੰਨੇ ਸਾਨੂੰ ਦੇ ਦਿਓ, ਸਹੁੰ ਤਾਂ ਫਿਰ ਇਹੋ ਹੀ ਹੈ ਨਾ। ਰੰਧਾਵਾ ਜੀ ਨੇ ਜਿਵੇਂ ਆਖਿਆ ਤੇਰਾ 10 ਲੱਖ ਲੱਗਣਾ ਆ, ਉਹ ਸੇਵਾ ਕਰ ਲਾ, ਉਹ ਸੇਵਾ ਜਿਹੜੀ ਇਹ ਪੈਸਿਆਂ ਦੀ ਹੋਣੀ ਹੈ ਕਿ ਸੇਵਾ ਸੀਮਿੰਟ ਦੀ ਥੋੜੀ ਹੋਣੀ ਆ, ਜੋ ਪੈਸੇ ਵੀਡੀਓ ਕੋ ਆਏ, ਜੋ ਵੀਡੀਓ ਕੋ ਆਏ, ਜੋ ਡੀਸੀ ਨੇ ਇਹਨਾਂ ਨੂੰ ਫੰਡ ਪ੍ਰੋਵਾਈਡ ਕਰਨੇ ਆ ਪਿੰਡਾਂ ਵਾਸਤੇ, ਨਾਲੀਆਂ ਤੇ ਬੰਨੀਆਂ ਨੀ, ਛੱਪੜ ਉੱਥੇ ਦੇ ਉੱਥੇ ਰਹਿ ਜਾਣੇ 5 ਸਾਲ, ਇਹਨਾਂ ਹੰਢਾ ਕੇ ਤੁਰ ਜਾਣਾ 5 ਸਾਲ ਦੂਜੀਆਂ ਪਾਰਟੀ ਨਾਲ ਜਾਣਾ। ਲੇਕਿਨ ਜਿੱਥੇ ਤੱਕ ਸਵਾਲ ਇੱਥੇ ਇਹ ਹੈ ਕਿ 2019 ਦੀਆਂ ਚੋਣਾਂ ਜਿਹੜੀਆਂ ਉਹ ਸਮਾਜਿਕ ਮੁੱਦੇ ਦਾ ਖਤਮ ਹੈ ਕਿ 2019 ਦੀਆਂ ਚੋਣਾਂ ਧਾਰਮਿਕ ਮੁੱਦਿਆਂ ਨੂੰ ਲੈ ਕੇ ਹੀ ਲੜੀਆਂ ਜਾਣਗੀਆਂ। ਦੇਖੋ ਜੀ 2019 ਦੀਆਂ ਜਿਹੜੀਆਂ ਚੋਣਾਂ ਸੁਣ ਲਓ, ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਗੁਰੂ ਗ੍ਰੰਥ ਸਾਹਿਬ ਦਾ ਸੰਸਕਾਰ, ਗੁਰੂ ਗ੍ਰੰਥ ਸਾਹਿਬ ਦੀ ਇਹਨਾਂ ਨੇ 1984 ਦੇ ਜਿਹੜੇ ਸੱਜਣ ਕੁਮਾਰ ਨੂੰ ਸਜ਼ਾ ਦਵਾਤੀ ਹੈ, ਅਕਾਲੀ ਦਲ ਤੇ ਜਿਹੜੀ ਆਮ ਪਾਰਟੀ ਹੈ ਫੁਲਕਾ ਜੀ, ਇਸੇ ਬੇਸ ਤੇ ਹੀ ਮੇਰਾ ਖਿਆਲ ਤੇ ਲੜਾਈ ਜਿਹੜੀ ਇਸੇ ਬੇਸ ਤੇ ਚੱਲੇਗੀ ਔਰ ਪੋਸਟਰ ਵੱਡੇ ਵੱਡੇ ਲੱਗ ਜਾਣੇ ਆ। ਮਿਹਰਬਾਨੀ ਤੇ ਦਿੱਲੀ ਹਾਂਜੀ, ਬਾਕੀ ਰਹਿ ਗਈ ਗੱਲ ਇੱਕ ਜੀ ਕੇ ਦੇ ਉੱਤੇ ਪਰਚਾ ਹੋਇਆ ਜੀ, ਉਹ ਵੇਖ ਲਓ ਤੁਸੀਂ 3 ਮੈਂਬਰਾਂ ਦੇ ਪਰਚਾ ਹੋਇਆ, ਇੱਕ ਸੰਚੀ ਹੈ ਮੈਂਬਰ ਉੱਥੋਂ ਦਾ ਕਾਲਕਾ ਜੀ ਦਾ ਜੀ, ਇੱਕ ਮਨਜੀਤ ਸਿੰਘ ਜੀ ਕੇ ਆ। ਦੇਖੋ ਪਰਚਾ ਹੋ ਗਿਆ, ਜੇ ਤੁਸੀਂ ਅੱਜ ਬੇਅਦਬੀ ਨੂੰ ਛੱਡ ਕੇ ਜੇ ਤੁਸੀਂ ਆਪਣਾ ਕਰਪਸ਼ਨ ਦੀ ਗੱਲ ਕਰੋ ਤੇ ਸ਼੍ਰੋਮਣੀ ਕਮੇਟੀ ਚ ਕਿਹੜੀ ਕਰਪਸ਼ਨ ਘੱਟ ਆ ਜੀ, ਸ਼੍ਰੋਮਣੀ ਕਮੇਟੀ ਚ
ਮੱਕੜ ਦਾ ਤੇਲ 9-9 ਲੱਖ ਦਾ ਮਹੀਨੇ ਦਾ ਪੈਂਦਾ ਰਿਹਾ ਆ, ਇਹ ਕਰਪਸ਼ਨ ਨਹੀਂ ਹੈ? ਜੇ ਆਪਣਾ ਲੌਂਗੋਵਾਲ ਆ ਹੁਣ ਗੱਡੀਆਂ 6-6 ਲਈ ਫਿਰਦਾ ਆ, ਉਹਦੇ 30 ਕੋ ਗੱਡੀ ਆ, 30 ਕੋ ਗੱਡੀਆਂ ਨੇ, ਕੀ ਮਹੀਨੇ ਦਾ ਤੇਲ ਪਾਉਂਦੇ ਨੀ, ਫ੍ਰੀ ਚਲਾਉਂਦੇ ਆ ਗੱਡੀਆਂ? ਬਿਲਕੁਲ ਬਿਲਕੁਲ, ਕਿਤੇ ਨਾ ਕਿਤੇ ਕਰਪਸ਼ਨ ਜਿਹੜੀ ਹੈ ਉਹ ਜੜ੍ਹਾਂ ਵਿੱਚ ਫੈਲੀ ਹੋਈ ਹੈ, ਲੇਕਿਨ ਕਰਪਸ਼ਨ ਦਾ ਜਿਹੜਾ ਫਾਇਦਾ ਆ ਉਹ ਚੁੱਕੀ ਜਾਂਦੇ ਨੇ, ਔਰ ਜਦੋਂ ਭੇਦ ਖੁੱਲਦਾ ਹੈ ਤਾਂ ਫਿਰ ਰੋਂਦੇ ਨੇ ਕਰਲਾਉਂਦੇ ਨੇ। ਦੇਖਣਾ ਹੁਣ ਇਹ ਹੋਏਗਾ ਦੋਸਤੋ ਕਿ ਆਉਣ ਵਾਲੀਆਂ ਜਿਹੜੀਆਂ ਚੋਣਾਂ ਹੈ ਉਹਦੇ ਵਿੱਚ ਕਿਸ ਤਰ੍ਹਾਂ ਦੇ ਮੁੱਦੇ ਹਾਵੀ ਹੁੰਦੇ ਨੇ। ਇਹ ਸੀ ਹੁਣ ਤੱਕ ਦੀ ਅਪਡੇਟ, ਬਾਕੀ ਅਪਡੇਟ ਜਿਵੇਂ ਆਉਣਗੇ ਅਸੀਂ ਲੈ ਕੇ ਰੂਬਰੂ ਹੁੰਦੇ ਰਹਾਂਗੇ। ਤੁਸੀਂ ਜੁੜੇ ਰਹੋ ਏਵਨ ਪੰਜਾਬੀ ਟੀਵੀ ਦੇ ਨਾਲ। For new updates, please subscribe A1 News and click the bell icon.